जय श्री राम। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਰ ਲਓ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦਿਓ। ਅੱਜ ਚੱਲੇ ਸੀਗੇ ਆਪਾਂ ਮੋਟੇ ਭਰਾ ਦੇ ਨਾਲ ਰਾਵਣ ਦੇਖਣ। ਰਾਵਣ ਦੇ ਕੱਪੜੇ ਪਾਏ ਨੇ ਕਾਲੇ, ਆਪਾਂ ਪਟਾਕੇ ਭਜਾਉਣੇ ਹੁਣ ਇਹਦੇ। ਬਾਕੀ ਤੁਹਾਨੂੰ ਦਿਖਾਉਂਦੇ ਆ, ਜੋ ਚੱਲਦੇ ਹਾਂ ਦੁਸਹਿਰਾ ਗਰਾਇਆਂ ਦਾ। ਪਹਿਲਾਂ ਦਿਖਾਉਂਦੇ ਤੁਹਾਨੂੰ ਝਾਕੀਆਂ ਜਿਹੜੀਆਂ ਬਾਜ਼ਾਰ 'ਚੋਂ ਨਿਕਲਦੀਆਂ ਪਈਆਂ ਆ। ਅੱਛਾ ਪੂਰਾ ਆ, ਰੌਣਕ ਮੇਲਾ ਪੂਰਾ ਲੱਗਾ ਆ। ਤੁਹਾਨੂੰ ਦਿਖਾਉਂਦੇ ਹਾਂ ਮੰਡੀ, ਆਹ ਜਿਹੜਾ ਦੁਸਹਿਰਾ ਆ ਕਿ ਦੂਜੀ ਵਾਰ ਮੰਡੀ ਦੇ ਵਿੱਚ ਲੱਗਾ, ਦਾਣਾ ਮੰਡੀ ਗਰਾਇਆਂ ਦੇ ਵਿੱਚ, ਉੱਡਾ ਸਰਗੁੰਦੀ ਰੋਡ ਤੇ ਹੁੰਦਾ। ਮੈਂ ਕਿਹਾ ਚੈੱਕ ਕਰਾ ਲਾ ਇੱਕ ਮਿੰਟ 'ਚ ਫੈਟ ਚੈੱਕ ਅਪ, ਚੈੱਕ ਕਰਾ ਲਾ ਸਾਲਾ ਤੇਰਾ ਮੋਟਾਪਾ ਚੈੱਕ ਹੋ ਲੈ, ਫੈਟ ਚੈੱਕ ਅਪ ਕਰਾ ਲਾ। ਮੁਫਤ ਵਿੱਚ ਲੱਗਾ ਆ ਚੈੱਕ ਅਪ ਕੈਂਪ। ਰਾਵਣ ਵਾਲੀ ਸੈਨਾ ਇੱਧਰ ਕਿੱਦਾਂ ਹੋ ਗਈ? ਐਸ ਐਸ ਪੀ ਸਰਦਾਰ ਹਰਕਮਲਪ੍ਰੀਤ ਸਿੰਘ ਜੀ ਖਾਨ, ਤਹਿਸੀਲ ਸਾਹਿਬ। ਲਓ ਜੀ, ਹੋ ਗਿਆ ਯੁੱਧ, ਹੋ ਗਿਆ ਯੁੱਧ। ਸਾਡੇ ਸੰਦੀਪ ਮਕਰ ਜੀ ਉੱਪਰ ਚਰਚੀਆਂ ਫੜ ਰਹੇ ਜੀ। ਹਾਊਸ ਫੁੱਲ ਹੈ। ਰਾਵਣ ਜੀ ਸਤਿ ਸ੍ਰੀ ਅਕਾਲ ਕਹਿ ਦਿਓ, ਸਤਿ ਸ੍ਰੀ ਅਕਾਲ। ਵਨ ਜੀਵਨ ਨਾ ਚੋਰੇ ਰਾਮ ਚੋਰੀ ਦਰਸ਼ਨ ਕੋ ਅਜੇ ਸਰ ਆ ਜਾਓ ਤੁਸੀਂ ਭੈਣ ਜੀ, ਉਹ ਪੁੱਛੇ ਚਲੇ ਜਾਵੇ ਲਕਸ਼ਮਣ ਮੋਸ਼ਨ ਦਾ ਹੋ ਗਿਆ ਜੀ। ਲਕਸ਼ਮਣ ਜੀ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ।
ਮੇਰਾ ਵੀਰ ਸ਼ਾਮ ਮੁਰਾਦੀ ਜੀ ਜਿਹੜੇ ਵੀ ਇਸ ਵੇਲੇ ਰਾਵਣ ਜੀ ਦੇ ਕੋਲ ਡਿਊਟੀ ਦੇ ਰਹੇ ਰਾਵਣ ਉਹਨਾਂ ਦੇ ਅੰਦਰ ਬੰਬ ਬੰਬ ਲਾਏ ਆਓ ਦੇਖੋ ਅੰਦਰ ਪਟਾਕਿਆਂ ਦੇ ਡੱਬੇ ਰੱਖੇ ਹੋ ਅੰਦਰ ਲਓ ਜੀ ਗਏ ਕੰਮ ਕਰਨ ਹੁਣੇ ਉਹ ਜੀ ਬਦੀ ਦੇ ਉੱਪਰ ਨੇਕੀ ਦੀ ਜਿੱਤ ਖੁਸ਼ੀ ਕੁਟੀਆ ਰਾਮ ਮੰਦਰ ਜਾ ਕੇ ਆਪਣਾ ਸਿਰ ਚੁਕਾਉਣਾ ਹੈ ਓਦਾਂ ਰਾਵਣ ਦੀ ਸੈਨਾ ਰਾਵਣ ਦੇ ਨਾਲ ਹੀ ਖੜੀ ਆ ਲਓ ਜੀ ਆ ਗਏ ਹੁਣ ਮੇਘਨਾਥ ਜੀ ਲਓ ਜੀ ਚੱਕ ਮੇਘਨਾਥ ਉਹਨਾਂ ਦਾ ਹੋ ਗਿਆ ਵੱਧ ਵੱਧ ਹੋਣ ਲੱਗਾ ਜੀ ਕੀ ਵੱਧ ਹੀ ਹੁਣ ਲਓ ਜੀ ਹਨੂੰਮਾਨ ਜੀ ਉਹਨਾਂ ਨੇ ਰੱਖਤਾ ਉੱਪਰ ਗੁਰਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਯੁੱਧ ਚੱਲਦਾ ਪਿਆ ਪੂਰਾ ਜ਼ੋਰਾਂ ਸ਼ੋਰਾਂ ਦੇ ਸ਼ਕਤੀ ਜੋਸ਼ੀ ਜੀ ਆ ਗਏ ਰਾਵਣ ਹੁਣ ਵੀ ਚੱਲੇ ਬਦੀ ਦੇ ਉੱਪਰ ਨੇਕੀ ਦੀ ਜਿੱਤ ਹੋਣ ਲੱਗੀ ਆ ਲਓ ਜੀ ਬਦੀ ਦੇ ਉੱਪਰ ਨੇਕੀ ਦੀ ਜਿੱਤ
ਚੰਗਾ ਲੱਗਾ ਤਾਂ ਮੇਰਾ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ।